ਬਲਦੇਵ ਕੁਮਾਰ ਦੀ ਇੰਡੀਆ ਵਿੱਚ ਅਜ਼ਾਈਲਮ ਲੈਣ ਦੀ ਖਬਰ ਨੂੰ ਪਾਕਿਸਤਾਨ ਦੇ ਮੇਨਸਟ੍ਰੀਮ ਮੀਡੀਆ ਨੇ ਕੱਲ ਕੁਝ ਜ਼ਿਆਦਾ ਜਗ੍ਹਾ ਨਹੀਂ ਦਿੱਤੀ ਹੈ ਤੇ ਉਹਦੀ ਇੱਕ وجہ ਐ ਸਮਝੀ ਜਾ ਰਹੀ ਹੈ ਕਿ ਬਿਲਦੇਵ ਕੁਮਾਰ ਆਪਣੀ ਕੰਸਟੀਟੂਐਂਸੀ ਸਵਤ ਵਿੱਚ ਕੁਝ ਜ਼ਿਆਦਾ ਪਪੂਲਰ ਨਹੀਂ ਨੇ ਬਹੁਤ ਸੇ ਲੋਕ ਇੱਥੇ ਉਹਨਾਂ ਦਾ ਬੈਕਗ੍ਰਾਉਂਡ ਜਾਣਦੇ ਨੇ ਤੇ ਉਹਨਾਂ ਦਾ ਬੈਕਗ੍ਰਾਉਂਡ ਐ ਕਿ ਉਹਨਾਂ ਨੂੰ ਇੱਕ ਕਤਲ ਦੇ ਮੁਕਦਮੇ ਵਿੱਚ ਨਾਮਿਨੇਟ ਕੀਤਾ ਜਾ ਚੁੱਕਿਆ ਹੈ ਤੇ ਇਹ ਕਤਲ ਦਾ ਮੁਕਦਮਾ ਜਿਹੜਾ ਹੈ ਉਹ ਪਾਕਿਸਤਾਨ ਦੇ ਬੜੇ ਮੰਨੇ ਪਰਮੰਨੇ ਸਿੱਖ ਲੀਡਰ ਸਨ ਸਵਰਨ ਸਿੰਘ ਉਹਨਾਂ ਦੇ ਕਤਲ ਦਾ ਮੁਕਦਮਾ ਹੈ ਤੇ ਉਹਨਾਂ ਦੀ ਫੈਮਲੀ ਨੇ ਬਲਦੇਵ ਕੁਮਾਰ ਨੂੰ ਇਸ ਮੁਕਦਮੇ ਵਿੱਚ ਨਾਮਿਨੇਟ ਕੀਤਾ ਸੀ ਕੁਝ ਸਾਲ ਪਹਿਲੇ ਪਾਕਿਸਤਾਨ ਦੀ ਇੱਕ ਐਂਟੀ ਟੈਰਰਿਜ਼ਮ ਕੋਰਟ ਨੇ ਬਲਦੇਵ ਕੁਮਾਰ ਨੂੰ ਲੈਕ ਆਫ ਐਵਿਡੈਂਸ ਸਬੂਤ ਕਾਟ ਹੋਣ ਦੀ وجہ ਤੋਂ ਇਕਵਿਟ ਕੀਤਾ ਸੀ ਲੇਕਿਨ ਸਵਰਨ ਸਿੰਘ ਦੇ بیٹے ਅਜੇ ਸਵਰਨ ਸਿੰਘ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇਸ ਫੈਸਲੇ ਦੇ ਖਿਲਾਫ ਉਹ ਪਸ਼ਾਬਰ ਹਾਈ ਕੋਰਟ ਚ ਗਏ ਸਨ ਤੇ ਉਹਨਾਂ ਦੀ ਅਪੀਲ ਹਾਲੇ ਵੀ ਜਿਹੜੀ ਹੈ ਉਹਦੀ ਹੀਅਰਿੰਗ ਹੋ ਰਹੀ ਹੈ ਕੋਰਟ ਵਿੱਚ ਤੇ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਅੰਡਰ ਟ੍ਰਾਇਲ ਨੇ ਬਿਲਕੁਲ ਇਹੀ ਤਸਦੀਕ ਪਾਕਿਸਤਾਨ ਟੈਰੀਕ ਇਨਸਾਫ ਦੀ ਲੀਡਰਸ਼ਿਪ ਨੇ ਵੀ ਕੀਤੀ مختلف ਲੋਕਾਂ ਨਾਲ ਸਾਡੀ ਗੱਲ ਹੋਈ ਤੇ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਅੰਡਰ ਟ੍ਰਾਇਲ ਹੈਗੇ ਨੇ ਹਾਲੇ ਵੀ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਸਵਰਨ ਸਿੰਘ ਦੇ ਮਰਡਰ ਕੇਸ ਵਿੱਚ ਨਾਮੀਨੇਸ਼ਨ ਦੇ ਬਾਅਦ ਪੀਟੀਆਈ ਨੇ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਸੀ ਤੇ ਹੁਣ ਪੀਟੀਆਈ ਦਾ ਬਲਦੇਵ ਕੁਮਾਰ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ ਹੈ ਬੀਬੀਸੀ ਜੀਡੀਆ ਉਹਦੇ ਉਹਦੀ ਗੱਲਬਾਤ ਤੇ ਰਾਬਤਾ ਜਿਹੜਾ ਬਲਦੇਵ ਦੀ ਫੈਮਿਲੀ ਨਾਲ ਵੀ ਹੋਇਆ ਹੈ ਉਹਨਾਂ ਦੇ ਜਿਹੜੀ ਮਾਤਾ ਜੀ ਨੇ ਤੇ ਉਹਨਾਂ ਦੇ ਪ੍ਰਾਹ ਹਲੇ ਵੀ ਰਹਿੰਦੇ ਨੇ ਸਵਾਦੇ ਕੁਲਿਕ ਇਲਾਕਾ ਇਹ ਉਥੇ ਤੇ ਉਹ ਜਿਹੜੇ ਨੇ ਉਹ ਵੀ ਬਹੁਤ ਅਪਸੈਟ ਨੇ ਇਸ ਸਟੇਟਮੈਂਟ ਤੋਂ ਤੇ ਉਹਨਾਂ ਨੇ ਇਹ ਦੱਸਿਆ ਹੈ ਕਿ ਬਲਦੇਵ ਕੁਮਾਰ ਜਿਹੜਾ ਹੈ ਉਹ ਆਪਣੀ ਬੇਟੀ ਦੇ ਇਲਾਜ ਲਈ ਇੰਡੀਆ ਗਿਆ ਸੀ ਤੇ ਉਹਨਾਂ ਨੂੰ ਨਹੀਂ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆ ਰਹੀ ਕਿ ਉਥੇ ਜਾ ਕੇ ਬਲਦੇਵ ਕੁਮਾਰ ਦੇ ਨਾਲ ਕੀ ਹੋਇਆ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਪੈਦਾ ਹੋਏ ਨੇ ਇਥੇ ਡਿਸਟ੍ਰਿਕਟ ਗਵਰਨਮੈਂਟ ਵਿੱਚ ਮੈਂਬਰ ਰਹੇ ਨੇ ਪ੍ਰੋਵਿੰਸ਼ਲ ਅਸੈਂਬਲੀ ਦੇ ਵੀ ਮੈਂਬਰ ਰਹੇ ਨੇ ਤੇ ਜਿਹੜੀ ਵੀ ਉਹਨਾਂ ਦੀ ਸ਼ਨਾਖ ਤੇ ਜੋ ਜਿਹੜੀ ਵੀ ਉਹਨਾਂ ਨੇ ਤਰੱਕੀ ਕੀਤੀ ਉਹ ਸਾਰੀ ਪਾਕਿਸਤਾਨ ਵਜਾ ਤੋਂ ਸੀ ਤੇ ਉਹਨਾਂ ਦਾ ਆਪਣਾ ਜਿਹੜਾ ਮਕਾਮ ਹੈ ਤੇ ਅਚੀਵਮੈਂਟਸ ਨੇ ਉਹ ਦੱਸਤੀਆਂ ਨੇ ਕਿ ਪਾਕਿਸਤਾਨ ਵਿੱਚ ਜਿਹੜੀਆਂ ਨੇ ਮਾਈਨੋਰਟੀਜ਼ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ ਬਲਦੇਵ ਕੁਮਾਰ ਦੇ ਪਰਾਵਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਪਾਕਿਸਤਾਨ ਵਿੱਚ ਬਿਲਕੁਲ ਖੁਸ਼ ਨੇ ਤੇ ਉਹਨਾਂ ਨੂੰ ਨਹੀਂ ਪਤਾ ਕਿ ਬਲਦੇਵ ਕੁਮਾਰ ਨੇ ਉਥੇ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕੀਤੀਆਂ ਨੇ